ਪਿੰਡਾਂ ਦੇ ਕਹਿੰਦੇ ਨੇ ਕਿ ਤੁਸੀਂ ਕਰਦੇ ਹੋ ਕੁਛ ਨਾ ਕੁਛ ਇਹ ਕੰਮ ਬੰਦ ਕਰ ਦਿਓ ਮੈਂ ਤੁਹਾਨੂੰ ਵਾਰਨਿੰਗ ਦੇ ਕੇ ਚੱਲੀ ਹਾਂ ਤੇ ਮੈਂ ਛੱਡੂੰਗੀ ਨਹੀਂ ਫਿਰ ਤੁਸੀਂ ਬਾਅਦ ਵਿੱਚ ਮੈਨੂੰ ਤਰਸ ਦੀ ਉਮੀਦ ਨਾ ਕਰਿਓ ਨਹੀਂ ਸ਼੍ਰੀਮਾਨ ਜੀ हां जी आ बंदा प्रधान खड़ा है कितना टाइम काम किया पहला ਤੁਸੀਂ ਪਹਿਲਾਂ ਕੀਤਾ ਹੀ ਕੰਮ ਜ਼ਰੂਰ ਕੀਤਾ ਕਿੰਨਾ ਟਾਈਮ ਗੋਲੀ ਵੇਚੀ ਪਹਿਲਾਂ ਵੇਚਿਆ ਜੀ ਮੈਂ 6 ਮਹੀਨੇ ਕੀਤਾ ਜੀ ਉਦੋਂ ਮੇਰੇ ਤੇ ਪਰਚਾ ਪੈ ਗਿਆ ਸੀ ਜੀ 6 ਮਹੀਨੇ ਕੀ ਵੇਚਿਆ ਚਿੱਟਾ ਵੇਚਿਆ ਗੋਲੀਆਂ ਵੇਚ ਗਈ ਕੰਮ ਕਰਨ ਦਾ ਤਰੀਕਾ ਤੁਸੀਂ ਦੁਕਾਨ ਚਲਾ ਲਓ ਹਾਂ ਜੀ ਢਾਬਾ ਖੋਲ ਲਓ ਨਹੀਂ ਨਹੀਂ ਦੁਕਾਨ ਵਧੀਆ ਚਲਾਈ ਵੀ ਹੁਣ ਤੇ ਹੀ ਆਪਣੀ ਕੰਮ ਕਰਨ ਨਾਲ ਹੋਰ ਬਹੁਤਾ ਗੋਲੀਆਂ ਨਹੀਂ ਵੇਚਣੀਆਂ ਨਹੀਂ ਫਿਰ ਨਾ ਕਿਉਂ ਮੈਂ ਬਾਅਦ ਵਿੱਚ ਤੁਹਾਡੇ ਬੱਚੇ ਰੋਣਗੇ ਠੀਕ ਹੈ पंजाब दे विच इन्नी दिनी नशे दा मुद्दा काफी ज्यादा गरमाया होया जिसदे चलदे आ पुलिस दे वल्लों टीमां बना के शक्की घरां दे विच छापेमारी भी कीती जा रही है। इस दौरान बठिंडा दे पिंड नैयावाल थाने दी SHO करमजीत कौर नशा वेचण वालियां नूं सख्त चेतावनी दिंदे होए भी दिखाई दिते ने। जी हां तस्वीरां विच देख सकदे हो कि उन्हां दे वल्लों नशा वेचण वालियां नूं सख्त चेतावनी दित्ती जा रही है। अच्छा सुनो हुण फिर पिंडां दे कहिंदे ने कि तुसीं करदे हो कुछ ना कुछ इह काम बंद कर दिओ मैं तुहानूं वार्निंग दे के चली आं ਤੇ ਮੈਂ ਛੱਡੂਗੀ ਨਹੀਂ ਫਿਰ ਤੁਸੀਂ ਬਾਅਦ ਵਿੱਚ ਮੇਰੇ ਤੋਂ ਤਰਸ ਦੀ ਉਮੀਦ ਨਾ ਕਰਿਓ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਜੀ ਪਿੰਡ ਵਾਲੇ ਕਹਿੰਦੇ ਪੁੱਛ ਕੇ ਕੋਈ ਬੰਦਾ ਸਬੂਤ ਕਰਾਵੇ ਜੀ ਹੁਣੇ ਬੰਦੇ ਕੰਮ ਕਰਦੇ ਮੇਰੀ ਗੱਲ ਸੁਣ ਲਓ ਜੀ ਸ਼੍ਰੀਮਾਨ ਜੀ ਹਾਂਜੀ ਆ ਬੰਦਾ ਪ੍ਰਧਾਨ ਖੜਾ ਕਿੰਨਾ ਟਾਈਮ ਕੰਮ ਕੀਤਾ ਪਹਿਲਾਂ ਤੁਸੀਂ ਪਹਿਲਾਂ ਕੀਤਾ ਹੀ ਕੰਮ ਜ਼ਰੂਰ ਕੀਤਾ ਕਿੰਨਾ ਟਾਈਮ ਗੋਲੀ ਵੇਚੀ ਪਹਿਲਾਂ ਵੇਚਿਆ ਜੀ ਮੈਂ 6 ਮਹੀਨੇ ਕੀਤਾ ਜੀ ਉਦੋਂ ਮੇਰੇ ਤੇ ਪਰਚਾ ਪੈ ਗਿਆ ਸੀ ਜੀ 6 ਮਹੀਨੇ ਕੀ ਵੇਚਿਆ ਚਿੱਟਾ ਵੇਚਿਆ ਗੋਲੀਆਂ ਵੇਚ ਗਈ ਗੋਲੀਆਂ ਵੇਚ ਗਈ ਵੇਚ ਗਈ ਜਿਹੜੀ ਗੱਲ ਵੀ ਤੁਸੀਂ ਸਕੂਟਰੀ ਤੇ ਵੇਚਣ ਜਾਂਦੇ ਸੀ ਕੋਈ ਵੇਚਣ ਨਹੀਂ ਆਂਦੇ ਸੀ ਮੈਂ ਐਕਟਿਵਾ ਜਦੋਂ ਮਰਜ਼ੀ ਮੈਂ ਅੰਦਰ ਸੀਗਾ ਠੀਕ ਹੈ ਇਹਨਾਂ ਨੂੰ ਮਜਬੂਰੀ ਜੇ ਕੰਮ ਕਰਨਾ ਪੈ ਗਿਆ ਜੀ ਠੀਕ ਹੈ ਅੱਛਾ ਦੇਖੋ ਕੰਮ ਸੁਣੋ 2 ਸਾਲ ਮੇਰੇ ਅੰਦਰ ਲੱਗੇ ਸੁਣੋ ਸੁਣੋ ਕੰਮ ਕਰਨ ਦਾ ਤਰੀਕਾ ਤੁਸੀਂ ਦੁਕਾਨ ਚ ਲਾ ਲਓ ਹਾਂਜੀ ਢਾਬਾ ਖੋਲ ਲਓ ਨਹੀਂ ਨਹੀਂ ਦੁਕਾਨ ਵਧੀਆ ਚਲਾਈ ਵੀ ਹੁਣ ਤੇ ਹੀ ਆਪਣੀ ਕੰਮ ਕਰਨ ਨਾਲ ਹੋਰ ਬਹੁਤਾ ਗੋਲੀਆਂ ਨਹੀਂ ਵੇਚਣੀਆਂ ਫਿਰ ਨਾ ਕਿਉਂ ਮੈਂ ਬਾਅਦ ਚ ਤੁਹਾਡੇ ਬੱਚੇ ਰੋਣਗੇ ਠੀਕ ਹੈ ਹਾਂ ਨਹੀਂ ਨਹੀਂ ਬਾਅਦ ਚ ਮੈਂ ਤਰਸ ਨਹੀਂ ਕਰਨਾ ਮੈਂ ਇਸੇ ਕਰਕੇ ਲਾਸਟ ਵਾਰਨਿੰਗ ਹੈਗੀ ਤੁਹਾਨੂੰ ਇਸੇ ਕਰਕੇ ਠੀਕ ਹੈ ਵੀ ਹਾਂਜੀ ਅੱਜ ਕੋਈ ਨਹੀਂ ਮੈਂ ਕਿਸੇ ਨੂੰ ਕੁਝ ਕਹਿ ਦੋਗੀ ਤੇ ਮੇਰੇ ਨਾਲ ਗੱਲ ਕਰਦੇ ਠੀਕ ਹੈ ਫੋਨ ਤੇ ਗੱਲ ਕਰੋ ਤਾਂ ਮੈਂ ਅੱਧੀ ਰਾਤ ਨੂੰ ਕਰੋ ਹਾਂਜੀ ਨਹੀਂ ਜੀ ਆਪਾਂ ਹੁਣ ਜੀ ਕੰਮ ਕਰਦੇ ਨਹੀਂ ਜਾਂਦੇ ਆਏ ਆ ਚਲੋ ਵਧੀਆ ਹੈ ਵਧੀਆ ਜੇ ਸੁਧਰ ਗਏ ਤੁਹਾਡਾ ਵੀ ਸਹਾਰਾ ਬਹੁਤ ਵਧੀਆ ਕੰਮ ਨਹੀਂ ਕੀਤਾ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਸੁਣ ਲਓ ਮੈਂ ਹੁਣ ਦੁਕਾਨ ਦਾ ਕੰਮ ਹੈ ਜੀ ਠੀਕ ਹੈ ਇੱਕ ਮਿੰਟ ਗੱਲ ਸੁਣ ਲਓ ਇੱਥੇ ਹੁਣ ਪਿੰਡ ਵਾਲੇ ਇਹ ਦੂਸ਼ਣ ਲਾਉਂਦੇ ਹਨ ਮੇਰੇ ਘਰ ਵਾਲੇ ਨੂੰ ਜਦੋਂ ਵੀ ਐਕਟਿਵਾ ਦੇ ਨੂੰ ਹਰ ਕੋ ਮੈਨੂੰ ਮੰਡੀ ਵੀ ਜਾਣਾ ਪੈਂਦਾ ਡੇਲੀ ਜੀ ਮੈਂ ਸਮਾਨ ਉੱਥੋਂ ਲੈ ਕੇ ਆਉਣਾ ਹੁੰਦਾ ਮੂਲ ਦਿਮਾਗ ਤੋਂ ਹਰ ਕੇ ਲੈ ਜਾਂਦਾ ਇੱਥੇ ਪਿੰਡ ਦੇ ਵਿੱਚ ਉੱਧਰ ਮੇਰੇ ਡੈਡੀ ਦੇ ਘਰ ਆਈ ਡੇਲੀ ਜਾਣਾ ਪੈਂਦਾ ਸਾਨੂੰ ਉੱਧਰ ਬੱਚੇ ਨੂੰ ਛੱਡਣ ਲੈ ਕੇ ਆਉਣਾ ਅੱਛਾ ਸੁਣੋ ਮੇਰੀ ਗੱਲ ਇੰਨਾ ਪਿੰਡ ਝੂਠਾ ਨਹੀਂ ਹੁੰਦਾ ਠੀਕ ਹੈ ਤੁਸੀਂ ਮੇਰੀ ਗੱਲ ਸੁਣੋ ਕਿਹੜੇ ਵੱਜਦੇ ਹੋ ਜੇ ਮਾਰੇ ਤਾਂ ਨਹੀਂ ਵੱਜਦੇ 6 ਮਹੀਨੇ ਦੇ ਵਿੱਚ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ SHO ਵੱਲੋਂ ਕਿਹਾ ਜਾ ਰਿਹਾ ਹੈ ਕਿ ਨਸ਼ਾ ਵੇਚਣਾ ਬੰਦ ਕਰ ਦਿਓ ਜੇ ਹੁਣ ਨਸ਼ਾ ਵੇਚਿਆ ਤਾਂ ਛੱਡਾਂਗੇ ਨਹੀਂ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਆਖਰੀ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਤਰਸ ਦੀ ਕੋਈ ਉਮੀਦ ਨਾ ਰੱਖਣ ਫਿਰ ਨਾ ਕਹੋ ਕਿ ਉਹਨਾਂ ਦੇ ਬੱਚੇ ਰੁਲ ਗਏ ਤੁਹਾਡੇ ਤੋਂ ਪਹਿਲਾਂ ਕਿਤੇ ਪਰਚੇ ਆ ਗੋਲੀਆਂ ਬਰੀ ਹੈ ਅੱਛਾ ਸੁਣੋ ਹੁਣ ਫੇਰ ਇਹ ਪਿੰਡਾਂ ਦੇ ਕਹਿੰਦੇ ਨੇ ਕਿ ਤੁਸੀਂ ਕਰਦੇ ਹੋ ਕੁਛ ਨਾ ਕੁਛ ਇਹ ਕੰਮ ਬੰਦ ਕਰ ਦਿਓ ਮੈਂ ਤੁਹਾਨੂੰ ਵਾਰਨਿੰਗ ਦੇ ਕੇ ਚੱਲੀ ਹਾਂ ਤੇ ਮੈਂ ਛੱਡੂਗੀ ਨਹੀਂ ਫਿਰ ਤੁਸੀਂ ਬਾਅਦ ਵਿੱਚ ਮੇਰੇ ਤੋਂ ਤਰਸ ਦੀ ਉਮੀਦ ਨਾ ਕਰਿਓ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਜੀ ਪਿੰਡ ਵਾਲੇ ਕਹਿੰਦੇ ਪੁੱਛ ਕੇ ਕੋਈ ਬੰਦਾ ਸਬੂਤ ਕਰਾਵੇ ਜੀ ਹੁਣੇ ਬੰਦੇ ਕੰਮ ਕਰਦੇ ਮੇਰੀ ਗੱਲ ਸੁਣ ਲਓ ਜੀ ਸ਼੍ਰੀਮਾਨ ਜੀ ਹਾਂਜੀ ਆ ਬੰਦਾ ਪ੍ਰਧਾਨ ਖੜਾ ਹੈ ਕਿੰਨਾ ਟਾਈਮ ਕੰਮ ਕੀਤਾ ਪਹਿਲਾਂ ਤੁਸੀਂ ਪਹਿਲਾਂ ਕੀਤਾ ਹੀ ਕੰਮ ਜ਼ਰੂਰ ਕੀਤਾ ਕਿੰਨਾ ਟਾਈਮ ਗੋਲੀਆਂ ਵੇਚੀ ਪਹਿਲਾਂ ਵੇਚਿਆ ਜੀ ਮੈਂ 6 ਮਹੀਨੇ ਕੀਤਾ ਜੀ ਉਦੋਂ ਮੇਰੇ ਤੇ ਪਰਚਾ ਪੈ ਗਿਆ ਸੀ ਜੀ 6 ਮਹੀਨੇ ਕੀ ਵੇਚਿਆ ਚਿੱਟਾ ਵੇਚਿਆ ਗੋਲੀਆਂ ਵੇਚ ਗਈਆਂ ਜੀ ਗੋਲੀਆਂ ਵੇਚ ਗਈਆਂ ਜਿਹੜੀ ਗੱਲ ਵੀ ਤੁਸੀਂ ਸਕੂਟਰੀ ਤੇ ਵੇਚਣ ਜਾਂਦੇ ਸੀ ਨਹੀਂ ਕੋਈ ਵੇਚਣ ਨਹੀਂ ਆਂਦੇ ਸੀ ਮੈਂ ਕੋਈ ਐਕਟਿਵਾ ਜਦੋਂ ਮਰਜ਼ੀ ਗੱਲ ਸੁਣੋ ਜੀ ਮੈਂ ਅੰਦਰ ਸੀਗਾ ਠੀਕ ਹੈ ਇਹਨਾਂ ਨੂੰ ਮਜਬੂਰੀ ਜੇ ਕੰਮ ਕਰਨਾ ਪੈ ਗਿਆ ਜੀ ਠੀਕ ਹੈ ਅੱਛਾ ਦੇਖੋ ਕੰਮ ਸੁਣੋ 2 ਸਾਲ ਮੇਰੇ ਅੰਦਰ ਲੱਗੇ ਸੁਣੋ 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 ਕੰਮ ਕਰਨ ਦਾ ਤਰੀਕਾ ਤੁਸੀਂ ਦੁਕਾਨ ਚ ਲਾ ਲਓ ਢਾਬਾ ਖੋਲ ਲਓ ਨਹੀਂ ਨਹੀਂ ਦੁਕਾਨ ਵਧੀਆ ਚਲਾਈ ਵੀ ਹੁਣ ਤੇ ਹੀ ਆਪਣੀ ਕੰਮ ਕਰਨ ਨਾਲ ਹੋਰ ਬਹੁਤਾ ਗੋਲੀਆਂ ਨਹੀਂ ਵੇਚਣੀਆਂ ਫਿਰ ਨਾ ਕਿਉਂ ਮੈਂ ਬਾਅਦ ਚ ਤੁਹਾਡੇ ਬੱਚੇ ਰੋਣਗੇ ਠੀਕ ਹੈ ਹਾਂ ਨਹੀਂ ਨਹੀਂ ਬਾਅਦ ਚ ਮੈਂ ਤਰਸ ਨਹੀਂ ਕਰਨਾ ਮੈਂ ਇਸੇ ਕਰਕੇ ਲਾਸਟ ਵਾਰਨਿੰਗ ਹੈਗੀ ਤੁਹਾਨੂੰ ਇਸੇ ਕਰਕੇ ਠੀਕ ਹੈ ਹਾਂਜੀ ਅੱਜ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਕੁਝ ਕਹਿ ਦੋਗੀ ਤੇ ਮੇਰੇ ਨਾਲ ਗੱਲ ਕਰ ਲਿਓ ਠੀਕ ਹੈ ਫੋਨ ਤੇ ਗੱਲ ਕਰੋ ਮੈਂ ਅੱਧੀ ਰਾਤ ਨੂੰ ਕਰੋ ਹਾਂਜੀ ਨਹੀਂ ਜੀ ਆਪਾਂ ਹੁਣ ਜੀ ਕੰਮ ਕਰਦੇ ਨਹੀਂ ਜਾਂਦੇ ਆਏ ਆੜ ਨੂੰ ਚਲੋ ਵਧੀਆ ਹੈ ਵਧੀਆ ਜੇ ਸੁਧਰ ਗਏ ਤੁਹਾਡਾ ਵੀ ਸਹਾਰਾ ਬਹੁਤ ਵਧੀਆ ਕੰਮ ਨਹੀਂ ਕੀਤਾ ਜੀ ਮੌਕਾ ਦੇਣਾ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲਈ ਮੈਂ ਹੁਣ ਦੁਕਾਨ ਦਾ ਕੰਮ ਹੈ ਜੀ ਠੀਕ ਹੈ ਇੱਕ ਮਿੰਟ ਗੱਲ ਸੁਣ ਲਓ ਇੱਥੇ ਹੁਣ ਪਿੰਡ ਵਾਲੇ ਇਹ ਦੂਸ਼ਣ ਲਾਉਂਦੇ ਹਨ ਮੇਰੇ ਘਰ ਵਾਲੇ ਨੂੰ ਜਦੋਂ ਵੀ ਐਕਟਿਵਾ ਦੇ ਨੂੰ ਹਰ ਕੋ ਮੈਨੂੰ ਮੰਡੀ ਵੀ ਜਾਣਾ ਪੈਂਦਾ ਡੇਲੀ ਮੈਂ ਸਮਾਨ ਉੱਥੋਂ ਲੈ ਕੇ ਆਉਣਾ ਹੁੰਦਾ ਮੂਲ ਦਿਮਾਗ ਤੋਂ ਹਰ ਕੇ ਲੈ ਕੇ ਆਉਂਦਾ ਇੱਥੇ ਪਿੰਡ ਦੇ ਵਿੱਚ ਉੱਧਰ ਮੇਰੇ ਡੈਡੀ ਦੇ ਘਰ ਆਈ ਡੇਲੀ ਜਾਣਾ ਪੈਂਦਾ ਸਾਨੂੰ ਉੱਧਰ ਬੱਚੇ ਨੂੰ ਛੱਡਣ ਲੈ ਕੇ ਅੱਛਾ ਸੁਣੋ ਮੇਰੀ ਗੱਲ ਇੰਨਾ ਪਿੰਡ ਝੂਠਾ ਨਹੀਂ ਹੁੰਦਾ ਠੀਕ ਹੈ ਤੁਸੀਂ ਮੇਰੀ ਗੱਲ ਸੁਣੋ ਦੋ ਘੜੇ ਵੱਜਦੇ ਹੋ ਜੇ ਮਾਰੇ ਤਾਂ ਨਹੀਂ ਵੱਜਦੇ 6 ਮਹੀਨੇ ਦੇ ਵਿੱਚ ਕਿੰਨੇ SHO ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪਾਸੇ ਕੁਝ ਲੋਕਾਂ ਦੇ ਵੱਲੋਂ ਇਸ ਕੰਮ ਲਈ ਤਾਰੀਫਾਂ ਦੇ ਫੁੱਲ ਬੰਨੇ ਜਾ ਰਹੇ ਨੇ ਉੱਥੇ ਕੁਝ
ਦੱਸੀ ਕਿ ਪੁਲਿਸ ਵੱਲੋਂ ਨਸ਼ੇ ਉੱਤੇ ਠੱਲ ਪਾਉਣ ਲਈ ਜਾਂ ਫਿਰ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕਸਣ ਦੇ ਲਈ ਥਾਂ ਥਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਇਸਦਾ ਕਿੰਨਾ ਕੁ ਅਸਰ ਹੁੰਦਾ ਹੈ ਇਹ ਦੇਖਣਾ ਲਾਜ਼ਮੀ ਹੋਵੇਗਾ। ਬਠਿੰਡਾ ਤੋਂ ਪਰਵਿੰਦਰਜੀਤ ਸਿੰਘ, ਪੰਜਾਬੀ ਲੋਕ ਚੈਨਲ।